लख खुशियां पातशाहियां जे सतगुरु नजर करे परमात्मा जी दे ते अपार कृपा करदा है उहनू अहुदे मिलदे है उहदे झंडियां लगदियां है। सो अज नवजोत सिंह सिद्धू प्रधान बने है, मैं उहनां नूं ते पंजाबियां नूं पूरे पंजाब दे लोकां नूं बहुत बहुत मुबारकबाद देना। एक चंगा चेहरा, एक चंगा व्यक्ति, नेक ईमानदार इंसान सानू प्रधान मिले। मैं केंद्र सरकार दा, केंद्र दी अपनी पार्टी दा, हाई कमांड दा बहुत बहुत धन्यवाद करदा। जी विरोधी धिर वालों दा मिसगाइडेड मिसाइल कहा जांदा नवजोत सिंह सिद्धू नूं, उहनां दे पिछे इह तां देखियो किधर किधर नूं गाइड होंदी। कैप्टन अमरिंदर वालों हजे कोई रिएक्शन नहीं आया, कोई कंग्रेचुलेटरी कैप्टन अमरिंदर वालों कोई हजे कोई रिएक्शन नहीं आया इस चीज ते। ना सारेयां ने बधाईयां दित्तियां जी, सारे बधाई दे चुके ने। टारगेट प्रधानगी नहीं है, प्रधानगी नवजोत सिंह सिद्धू नूं मिली है। पंजाब दे लोकां दी डिमांड ते लोक चाहुंदे है। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਚਾਹੁੰਦੇ ਸੀ 5 ਸਾਲ ਪਹਿਲਾਂ, ਉਦੋਂ ਹਾਈ ਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਤਾਰ ਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ। ਮੈਂ ਆਪ ਬਹੁਤ ਸਾਰੇ ਲੀਡਰਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਿਹਨੂੰ ਲੋਕ ਚਾਹੁੰਦੇ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੈ 5 ਸਾਲ ਪਹਿਲਾਂ, ਤੇ ਉਸ ਕਰਕੇ ਉਹਨਾਂ ਨੂੰ ਉਦੋਂ ਪ੍ਰਧਾਨ ਬਣਾਇਆ ਗਿਆ। ਅੱਜ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਚਾਹੁੰਦੇ ਹੈ, ਤਾਂ ਹਾਈ ਕਮਾਂਡ ਨੇ ਲੋਕਾਂ ਦੀ ਮੰਨ ਕੇ ਲੋਕਾਂ ਦੇ ਵਿਚਾਰ ਜਾਣ ਕੇ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ। ਜੀ ਸਿੱਧੂ ਸਾਹਿਬ ਪਹਿਲਾਂ ਵਾਦਾ ਦੇ ਉੱਤੇ ਗੱਲ ਕਰਦੇ ਸੀ, ਕੰਜਰਸ ਦੇ ਉੱਤੇ ਟਵੀਟ ਕਰਦੇ ਸੀਗੇ, ਹੁਣ ਜਦੋਂ ਕੁਰਸੀ ਮਿਲ ਗਈ ਤਾਂ ਟਵੀਟ ਬੰਦ ਹੋ ਗਏ, ਤੇ ਤਾਂ ਫਿਰ ਨਜ਼ਰ ਆ ਰਿਹਾ ਕੁਰਸੀ ਦੀ ਲੜਾਈ ਸੀਗੀ ਬਸ। ਇਹ ਲੜਾਈ ਸਾਡੀ, ਇੱਕ ਮਿੰਟ ਜੀ, ਸਾਡੀ ਲੜਾਈ ਨਹੀਂ, ਮੈਂ ਕਹਿ ਸਕਦਾ ਸੰਘਰਸ਼ ਸਾਡਾ ਪੰਜਾਬ ਦੇ ਮਸਲਿਆਂ ਦਾ ਹੈ, ਬਰਗਾੜੀ ਇਸ਼ੂ ਦਾ ਹੈ, ਨਸ਼ਿਆਂ ਦੇ ਸੁਦਾਗਰਾਂ ਨੂੰ ਫੜਨਾ ਹੈ, ਨਜਾਇਜ਼ ਜਿਹੜੀਆਂ ਬੱਸਾਂ ਚੱਲਦੀਆਂ ਉਹ ਬੰਦ ਕਰਨੀਆਂ ਹੈ, ਇਹ ਜਿਹੜੇ ਮਸਲੇ ਹੈ ਇਹਨਾਂ ਦਾ ਅਸੀਂ ਸੰਘਰਸ਼ ਜਾਰੀ ਰੱਖਣਾ। ਇਹਦੇ ਨਾਲ ਸਾਨੂੰ ਬਲ ਮਿਲਿਆ ਨਵਜੋਤ ਸਿੰਘ ਸਿੱਧੂ ਦੇ ਵੰਡ ਦੇ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਉਣ ਦਾ। ਅਸੀਂ ਇਹ ਮਸਲੇ ਹੱਲ ਕਰਾ ਕੇ ਰਹਿਣਾ ਹੈ, ਸਾਡੀ ਸੰਘਰਸ਼ ਅਖੀਰ ਤੱਕ ਟੋਟਲ ਮਸਲਿਆਂ ਨੂੰ ਹੱਲ ਕਰਨ ਤੱਕ। ਕੈਮਰਾ ਦੇਖ ਕੇ ਜੀ, ਦੇਖੋ ਗੱਲ ਇਹ ਹੈ ਕਿ ਸਾਡਾ ਸੰਘਰਸ਼ ਕਰਨਾ ਫਰਜ਼ ਹੈ। ਅਸੀਂ ਗਰੀਬ ਪਰਿਵਾਰਾਂ ਚੋਂ ਉੱਠ ਕੇ ਸੰਘਰਸ਼ ਕਰਨ ਲੱਗੇ ਹੋਏ ਹਾਂ, ਸਾਨੂੰ ਦਬਾਇਆ ਜਾ ਰਿਹਾ, ਸਾਨੂੰ ਉੱਪਰ ਐਲੀਗੇਸ਼ਨ ਲਗਾ ਕੇ ਦੇਖ ਲਏ, ਸਾਡੀਆਂ ਫਾਈਲਾਂ ਫੋਲ ਕੇ ਦੇਖ ਲਈਆਂ, ਕੁਛ ਨਹੀਂ ਬਣਿਆ। ਕਿਉਂਕਿ ਜਿਹੜਾ ਸਾਫ਼ ਬੰਦਾ ਹੈ ਉਹੀ ਚੁਰਾਹੇ ਦੇ ਵਿੱਚ ਖੜਾ ਹੋ ਕੇ ਕਹਿ ਸਕਦਾ ਹੈ ਕਿ ਮੈਨੂੰ ਪੰਜਾਬ ਦੇ ਮਸਲੇ ਹੱਲ ਕਰਾਉਣੇ ਹੈ, ਚਾਹੇ ਉਹ ਬਰਗਾੜੀ ਦਾ ਮਸਲਾ ਹੈ, ਚਾਹੇ ਦਲਿਤ ਲੋਕਾਂ ਦੇ ਮਸਲੇ ਹੈ, ਚਾਹੇ ਗਰੀਬ ਲੋਕਾਂ ਦੇ ਮਸਲੇ ਹੈ, ਚਾਹੇ ਉਹ ਨਸ਼ਿਆਂ ਦਾ ਸੁਦਾਗਰਾਂ ਨੂੰ ਫੜਨ ਦੀ ਗੱਲ ਹੈ। ਬਹੁਤ ਸਾਰੇ ਜਿਹੜੇ ਮਸਲੇ ਅਸੀਂ ਪਹਿਲਾਂ ਹੱਲ ਕਰ ਚੁੱਕੇ ਹਾਂ, ਲੇਕਿਨ ਜਿਹੜੇ ਬਾਦਲਾਂ ਦੇ ਨਾਲ ਰਲਦੇ ਮਸਲੇ ਉਹ ਅਜੇ ਹੱਲ ਨਹੀਂ ਹੋਏ, ਜਿਨ੍ਹਾਂ ਦੇ ਵਿੱਚ ਉਹਨਾਂ ਉਹ ਟਾਰਗੇਟ ਹੁੰਦੇ ਹੈ, ਹੱਲ ਕਰਾ ਕੇ ਹਟਣਾ। ਸਿੱਧੂ ਪ੍ਰਧਾਨ ਦੇ ਬਣ ਨਾਲ ਸਾਨੂੰ ਬਲ ਮਿਲਿਆ, ਅਸੀਂ ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਜ਼ੋਰ ਨਾਲ ਹੱਲ ਕਰਾਂਗੇ।